ਜਨਾਬ ਕੀ ਨਾਮ ਆਪਣਾ? ਮੇਰਾ ਨਾਮ ਹਰਕ੍ਰਿਸ਼ਨ ਬਾਗਲਾ। ਕਿੱਥੋਂ ਬਿਲੋਂਗ ਕਰਦੇ ਹੋ? ਅਬਾਏ ਤੋਂ। ਇਹ ਕੀ ਮਸਲਾ, ਪਾਣੀ ਇੰਨਾ ਕਿਵੇਂ ਖੜਾ ਰੋਡ ਤੇ? ਇਹ ਤਾਂ ਜੀ ਇਹਨਾਂ ਨੂੰ ਪੁੱਛੋ, ਜਿਹੜੇ ਸਰਕਾਰ ਸਰ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ। ਅੱਛਾ, ਦੇਖ ਰਹੇ ਹਾਂ, ਵੇਖ ਲਓ ਤੁਹਾਡੇ ਸਾਹਮਣੇ ਹੀ ਹੈ, ਗੱਡੀਆਂ ਲੰਘਦੀਆਂ ਨੇ, ਪਾਣੀ ਦੇ ਮਾੜੇ ਹਾਲ ਨੇ, ਅਤੇ ਸੜਕਾਂ ਟੁੱਟੀਆਂ ਜਾਂਦੀਆਂ ਨੇ। ਅਸੀਂ ਟੂਲ ਟੈਕਸ ਸਾਰੀ ਪਬਲਿਕ ਭਰ ਰਹੀ ਹੈ, ਪੈਸਾ ਇੰਨਾ ਬਰਬਾਦ ਹੋ ਰਿਹਾ ਪਬਲਿਕ ਦਾ, ਸਰਕਾਰਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਜਨਾਬ ਕੀ ਨਾਮ ਆਪਣਾ? ਜਰਨੈਲ ਸਿੰਘ ਜੀ। ਕਿਹੜੇ ਪਿੰਡ ਤੋਂ? ਪਿੰਡ ਲਮੋਚਲ ਖੁਰਦ ਗਵਾਇਆ ਤੋਂ ਜੀ। ਅੱਛਾ ਜੀ, ਇਹ ਗਵਾਇਆ ਪਾਣੀ ਦਾ ਬਹੁਤ ਬੁਰਾ ਹਾਲ ਹੈ ਸੜਕ ਦਾ, ਕੀ ਚੱਕਰ ਹੈ? ਇਹ ਚੱਕਰ ਇਹ ਹੈਗਾ ਜੀ, ਸਾਡੀਆਂ ਸਰਕਾਰਾਂ ਦੀ ਕਮਜ਼ੋਰੀ ਹੈ। ਅੱਛਾ ਜੀ, ਹੁਣ ਨਵੀਂ ਸਰਕਾਰ ਆਈ ਹੈ, ਵੇਖੋ ਹੁਣ ਕੀ ਕਰਦੇ ਨੇ। ਅੱਛਾ ਜੀ, ਸਾਨੂੰ ਚਾਹੀਦਾ ਹੈ, ਸਾਡੀ ਬੇਨਤੀ ਹੈ ਵੀ ਰੇਹੜੀ ਵਾਲਿਆਂ ਨੂੰ, ਇੱਥੇ ਇੱਕ ਪਾਣੀ ਦੀ ਬੜੀ ਪ੍ਰੋਬਲਮ ਹੈ, ਪਾਣੀ ਪੀਣ ਵਾਲਾ ਨਹੀਂ ਹੈਗਾ। ਅੱਛਾ ਜੀ, ਐਮ ਪੀ ਦੇ ਬਾਵਜੂਦ ਹੋਣ ਦੇ, ਹੁਣ ਮਤਲਬ ਨਵੇਂ ਐਮ ਪੀ ਸਾਹਿਬ ਆਏ ਨੇ, ਉਹਨਾਂ ਨੂੰ ਅਸੀਂ ਅਖਬਾਰ ਰਾਹੀਂ, ਟੀ ਵੀ ਰਾਹੀਂ, ਚੈਨਲ ਰਾਹੀਂ ਬੇਨਤੀ ਕਰਦੇ ਹਾਂ। ਅੱਛਾ ਜੀ, ਕਿ ਸਾਡੇ ਘੁਬਾਇਆ ਨੂੰ ਖਾਸ ਕਰਕੇ ਸੜਕ ਨੂੰ ਸਾਫ ਕੀਤਾ ਜਾਵੇ, ਪਾਣੀ ਦੀ ਨਿਕਾਸੀ ਕੀਤੀ ਜਾਵੇ, ਪਾਣੀ ਦੇ ਪੀਣ ਦਾ ਪ੍ਰਬੰਧ ਕੀਤਾ ਜਾਵੇ। ਜਨਾਬ ਕੀ ਨਾਮ ਆਪਣਾ? ਪਰਮ ਸਿੰਘ। ਕਿਹੜੇ ਪਿੰਡ ਤੋਂ? ਚੱਕੋਂਡ ਵਾਲੇ। ਇਹ ਪਾਣੀ ਖੜਿਆ ਗਵਾਇਆ ਰੋਡ 'ਤੇ, ਕੀ ਚੱਕਰ ਹੈ? ਮੇਨ ਬੱਸ ਸਟੈਂਡ ਵੀ ਆਏ? ਹਾਂਜੀ, ਇੱਥੇ ਨਾ ਬਹੁਤ ਪਹਿਲਾਂ ਵੀ ਬਾਰਿਸ਼ਾਂ ਜਿਹੜੀਆਂ ਹੁੰਦੀਆਂ। ਅੱਛਾ ਜੀ, ਉਹਨਾਂ ਕਰਕੇ ਬੜੀ ਦਿੱਕਤ ਆਉਂਦੀ ਹੈ। ਅੱਛਾ ਜੀ, ਇਹ ਪਾਣੀ ਜਦੋਂ ਵੀ ਬਾਰਿਸ਼ ਹੁੰਦੀ ਹੈ ਇੱਥੇ ਆ ਕੇ ਪਾਣੀ ਰੁਕ ਜਾਂਦਾ। ਅੱਛਾ ਜੀ, ਅਤੇ ਨਾ ਕੋਈ ਇਹਦੇ ਵੱਲ ਮਤਲਬ ਪੰਚਾਇਤ ਦਾ ਜਾਂ ਇੱਥੋਂ ਦੇ ਏਰੀਏ ਦੇ ਕਿਸੇ ਮਤਲਬ ਅਫਸਰਾਂ ਦਾ ਜਾਂ ਪਰ ਕਹਿ ਲਈਏ MLA ਸਾਹਿਬ, ਠੀਕ ਹੈ, ਕਿਸੇ ਦਾ ਇਸ ਵੱਲ ਧਿਆਨ ਨਹੀਂ ਗਾ। ਸੜਕਾਂ ਦੇ ਇੱਥੇ ਗੰਦ ਹੀ ਵੱਜਿਆ ਰਹਿੰਦਾ ਹਰ ਸਮੇਂ। ਹਾਂਜੀ ਹਾਂਜੀ, ਅਤੇ ਇਹਦਾ ਕੋਈ ਸੁਧਾਰ ਹੋਣਾ ਚਾਹੀਦਾ ਹੈ, ਕਿਉਂਕਿ ਆਉਣ ਜਾਣ ਵਾਸਤੇ ਹਰ ਇੱਕ ਬੰਦਾ ਪਰੇਸ਼ਾਨ ਹੁੰਦਾ ਹੈ। ਨਾ ਇਹਦਾ ਕੋਈ ਖਾਸ ਸੁਨੰਗ ਹੈ, ਚੱਕੋਂਡ ਵਾਲੇ ਨੂੰ ਜਿਹੜੀ ਸੜਕ ਜਾਂਦੀ ਹੈ ਇਹਦੇ ਉੱਤੇ ਤਾਂ ਬਹੁਤ ਹੀ ਬੁਰਾ ਹਾਲ ਹੈਗਾ। ਕੋਈ ਵੀ ਇੱਥੋਂ ਮਤਲਬ ਆਪਣੇ ਜਿਵੇਂ ਕਹਿ ਲਓ ਵੀ ਕੱਪੜੇ ਚੱਕ ਕੇ ਜਾ ਸਕਦਾ, ਵਿੱਚੋਂ ਤੈਰ ਕੇ ਜਾ ਸਕਦਾ, ਕੋਈ ਇਹ ਨਹੀਂ ਵੀ ਆਰਾਮ ਦੇ ਨਾਲ ਲੰਘ ਜਾਓ। ਠੀਕ ਹੈ ਜੀ, ਧੰਨਵਾਦ। ਆ ਜਨਾਬ ਕੀ ਨਾਮ ਆਪਣਾ? ਰਾਜ ਕੁਮਾਰ ਜੀ। ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਘੁਬਾਇਆ ਤੋਂ ਇੱਥੇ ਲੋਕਲ ਗਏ ਜੀ। ਅੱਛਾ ਜੀ, ਇਹ ਪਾਣੀ ਖੜਿਆ ਰੋਡ 'ਤੇ, ਕੀ ਮਸਲਾ ਹੈ, ਕਿਵੇਂ ਕਾਹਦਾ ਪਾਣੀ ਕਿਵੇਂ ਆ ਰਿਹਾ? ਇਹ ਪਾਣੀ ਬਾਰਿਸ਼ ਦਾ ਸਾਰੇ ਇੱਥੇ ਰਸਤਾ ਜਿਹੜਾ ਨਾ, ਇਹ ਸਾਡੀ ਸਾਈਡ ਜਿਹੜੀ ਹੈ ਸਭ ਤੋਂ ਨੀਵੀਂ ਹੈ। ਅੱਛਾ, ਔਰ ਜਿੰਨਾ ਵੀ ਦੁਕਾਨਾਂ ਦਾ ਚਾਰੇ ਪਾਸੋਂ ਪਾਣੀ ਇੱਥੇ ਆਉਂਦੇ ਇਕੱਠਾ ਹੋ ਜਾਂਦਾ ਹੈ। ਅੱਛਾ, ਕਈ ਵਾਰ ਅੱਗੇ ਪਹਿਲੇ ਹੀ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਅਤੇ ਕੋਈ ਪ੍ਰਸ਼ਾਸਨ ਨੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਕੀਤੀ। ਇੱਧਰ ਸਕੂਲ ਵੀ ਲੱਗਦੇ ਨੇ, ਜਿਸ ਕਾਰਨ ਬੱਚੇ ਵੀ ਕਈ ਵਾਰ ਇੱਥੇ ਕਈ ਵਾਰ ਡਿੱਗ ਪੈਂਦੇ ਨੇ, ਉਹਨਾਂ ਦੀਆਂ ਕਿਤਾਬਾਂ ਹਜ਼ਾਰ ਹਜ਼ਾਰ ਘੱਟ ਤੋਂ ਘੱਟ 5-5 ਹਜ਼ਾਰ ਦੀਆਂ ਕਿਤਾਬਾਂ ਹੁੰਦੀਆਂ ਨੇ ਬੱਚਿਆਂ ਦੀਆਂ, ਜਿਹੜੀਆਂ ਉਹ ਫੁੱਲ ਹੋ ਜਾਂਦੀਆਂ ਨੇ ਇੱਥੇ, ਤਾਂ ਦੁਬਾਰਾ ਬੱਚਿਆਂ ਨੂੰ ਉਹ ਕਿਤਾਬਾਂ ਲੈਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ। ਇਸ ਕਾਰਨ ਇੱਥੇ ਹੋਰ ਮੋਟਰਸਾਈਕਲ ਕਈ ਲੋਕ ਜਿਨ੍ਹਾਂ ਨੇ ਕਾਫੀ ਦੂਰ ਅੱਗੇ ਜਾਣਾ ਹੁੰਦਾ ਅਤੇ ਉਹ ਉੱਥੋਂ ਮਗਰੋਂ ਚਿੱਟੇ ਕੱਪੜੇ ਸੋਹਣੇ ਪਾ ਕੇ ਆਉਂਦੇ ਅਤੇ ਜਦੋਂ ਇੱਥੇ ਡਿੱਗ ਪੈਂਦੇ ਤਾਂ ਉਹਨਾਂ ਦੁਬਾਰਾ ਮੁੜ ਵਾਪਸ ਹੀ ਜਾਣਾ ਪੈਂਦਾ। ਤਾਂ ਅਸੀਂ ਇਸ ਪਾਸੇ ਪ੍ਰਸ਼ਾਸਨ ਨੂੰ ਜਾਂ ਟੂਲ ਟੈਕਸ ਵਾਲਿਆਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ, ਪਰ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਇੱਥੇ